ਸਤਿ ਸ਼੍ਰੀ ਅਕਾਲ ਜੀ, ਮੈਂ ਅਵਰਿੰਦਰ ਕੌਰ ਸਵਾਗਤ ਕਰ ਰਹੀ ਹਾਂ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਇੱਕ ਮੁਲਾਕਾਤ ਦੇ ਵਿੱਚ। ਮੁਲਾਕਾਤਾਂ ਅਕਸਰ ਬਹੁਤ ਹੁੰਦੀਆਂ ਨੇ ਜ਼ਿੰਦਗੀ ਦੇ ਵਿੱਚ, ਦੁਨੀਆ ਦੇ ਨਾਲ, ਪਰ ਕੁਝ ਮੁਲਾਕਾਤਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਰੂਹ ਦੀਆਂ ਖੁਰਾਕ ਬਣ ਜਾਂਦੀਆਂ ਨੇ। ਔਰ ਇੱਕ ਇਸ ਤਰ੍ਹਾਂ ਦੀ ਮੁਲਾਕਾਤ ਅੱਜ ਮੈਂ ਤੁਹਾਡੀ ਕਰਵਾਉਣ ਜਾ ਰਹੀ ਹਾਂ ਜੀ। ਇਸ ਤੋਂ ਪਹਿਲਾਂ ਕਿ ਅੱਜ ਦੀ ਇਸ ਸ਼ਖਸੀਅਤ ਦੇ ਨਾਲ ਮੈਂ ਤੁਹਾਡਾ ਤਾਰੁਫ ਕਰਵਾਵਾਂ, ਮੈਂ ਚਾਹੁੰਦੀ ਹਾਂ ਕਿ ਇਸ ਕਲਾਕਾਰ ਦੀ ਕਲਾ ਦੀ ਝਲਕ ਜਿਹੜੀ ਹੈ ਉਹ ਤੁਸੀਂ ਥੋੜ੍ਹੀ ਜਿਹੀ ਜ਼ਰੂਰ ਮਾਣੋ। ਕਿਆ ਬਾਤ ਹੈ, ਥੈਂਕ ਯੂ ਸੋ ਮੱਚ ਸਰਬਜੀਤ ਅੱਜ ਸਾਡੇ ਸਟੂਡੀਓ ਦੇ ਵਿੱਚ ਆਉਣ ਦੇ ਲਈ। ਔਰ ਇਹਨਾਂ ਦੇ ਲਈ ਕਿੰਨੇ ਕੁ ਅਲਫਾਜ਼ਾਂ ਦੀ ਜਿਹੜੀ ਆ ਮੈਂ ਮੁਹਤਾਜ ਹੋ ਗਈ ਹਾਂ। ਮੈਨੂੰ ਇੱਦਾਂ ਲੱਗ ਰਿਹਾ ਕਿ ਵਾਕਈ ਉਹ ਜੋ ਕਿਹਾ ਜਾਂਦਾ ਕਿ ਕੁਛ ਇਨਸਾਨਾਂ ਦੀ ਜਿਹੜੀ ਫਿਤਰਤ ਹੈ ਉਹਨਾਂ ਲਈ ਸ਼ਬਦ ਹਮੇਸ਼ਾ ਘੱਟ ਹੁੰਦੇ ਨੇ। ਸੋ ਜਦੋਂ ਅਸੀਂ ਇਹ ਕਲਾ ਦੇਖਦੇ ਹਾਂ, ਮੇਰੇ ਬੈਕ ਸਾਈਡ 'ਤੇ ਤੁਸੀਂ ਜਿੰਨੀਆਂ ਵੀ ਪੇਂਟਿੰਗਸ ਦੇਖ ਰਹੇ ਹੋ ਉਹ ਇਹਨਾਂ ਦੀਆਂ ਬਣਾਈਆਂ ਹੋਈਆਂ ਨੇ, ਅਤੇ ਇਸ ਦੇ ਨਾਲ ਨਾਲ ਇਹਨਾਂ ਦਾ ਗਾਇਕੀ ਸ਼ੌਂਕ ਹੈ ਔਰ ਬਾਂਸਰੀ ਤੁਸੀਂ ਇਹਨਾਂ ਦੀ ਇੰਜੋਏ ਕਰ ਲਈ। ਬਟ ਸਭ ਤੋਂ ਪਹਿਲਾਂ ਸਰਬਜੀਤ, ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੂੰਗੀ ਕਿ ਇਹਨਾਂ ਸਾਰਾ ਕੁਛ ਇਕੱਠਾ ਕਿਵੇਂ। ਸਭ ਤੋਂ ਪਹਿਲਾਂ ਤਾਂ ਮੈਂ ਦੂਰਦਰਸ਼ਨ ਚੈਨਲ ਦਾ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਹੈਗਾ ਕਿ ਜਿਨ੍ਹਾਂ ਨੇ ਮੇਰੇ ਇਸ ਕਲਾ ਨੂੰ ਪਹਿਚਾਣਿਆ ਔਰ ਮੈਨੂੰ ਇਸ ਯੋਗ ਸਮਝਿਆ ਕਿ ਮੈਂ ਤੁਹਾਡੇ ਇਸ ਜੋ ਪ੍ਰੋਗਰਾਮ ਇੱਕ ਮੁਲਾਕਾਤ ਦੇ ਵਿੱਚ ਆ ਸਕਾਂ। ਅਤੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਇਹ ਕਲਾਵਾਂ ਦਾ ਜਾਂ ਆਉਣਾ ਜਾਂ ਇਹ ਕਰਨਾ, ਇਹ ਮੈਮ ਇੱਕ ਪਰਮਾਤਮਾ ਦੀ ਕਿਰਪਾ ਹੁੰਦੀ ਹੈ, ਤਾਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਕੀਤਾ ਜਾਂ ਮੇਰੀ ਮਿਹਨਤ ਨੇ, ਹੈ ਨਾ। ਮਿਹਨਤ ਵੀ ਉਸ ਨੇ ਕਰਾਉਣੀ ਹੈ ਅਤੇ ਉਸੇ ਦਾ ਫਲ ਹੈ ਜਿਹੜੀ ਮੈਂ ਮਿਹਨਤ ਕਰਦਾ ਅਤੇ ਪਰਮਾਤਮਾ ਨੇ ਇਹ ਫਲ ਲਾਇਆ। ਜੀ ਜੀ, ਪਰ ਇੱਕ ਚੀਜ਼ ਹੁੰਦੀ ਨਾ ਵੀ ਕਿਤਿਓਂ ਥੋੜ੍ਹੀ ਜਿਹੀ ਜਿਹੜੀ ਸ਼ੁਰੂਆਤ ਹੈ ਉਹ ਹੁੰਦੀ ਹੈ ਤੁਹਾਡੀ, ਉਹ ਜਿਹੜੀ ਥੋੜ੍ਹੀ ਜਿਹੀ ਸ਼ੁਰੂਆਤ ਹੈ ਉਹ ਕਦੋਂ ਅਤੇ ਕਿਵੇਂ ਹੋਈ? ਔਰ ਪੇਂਟਿੰਗ ਔਰ ਸਿੰਗਿੰਗ, ਬੰਸਰੀ, ਇਹ ਸਾਰੀਆਂ ਚੀਜ਼ਾਂ 'ਚੋਂ ਪਹਿਲੀ ਚੀਜ਼ ਕਿਹੜੀ ਸੀਗੀ? ਮੈਮ ਇਹਨਾਂ ਸਾਰੀਆਂ ਚੀਜ਼ਾਂ 'ਚੋਂ ਪਹਿਲੀ ਚੀਜ਼ ਤਾਂ ਪੇਂਟਿੰਗ ਹੀ ਸੀਗੀ ਜੀ। ਸਕੂਲ ਟਾਈਮ ਦੇ ਵਿੱਚੋਂ ਸ਼ੁਰੂਆਤ ਹੋਈ ਸੀ ਇਸ ਚੀਜ਼ ਦੀ। ਦੋਸਤਾਂ ਮਿੱਤਰਾਂ ਦੀ ਜਿਹੜੀ ਹੁੰਗਾਰਾ ਹੁੰਦਾ, ਇੱਕ ਉਹਨਾਂ ਦੀ ਐਪਰੀਸ਼ੀਏਸ਼ਨ ਹੁੰਦੀ ਹੈ ਜੀ। ਕਲਾਕਾਰ ਦੇ ਲਈ ਐਪਰੀਸ਼ੀਏਸ਼ਨ ਹੀ ਸਭ ਤੋਂ ਵੱਡੀ ਚੀਜ਼ ਹੁੰਦੀ ਹੈ, ਉਹੀ ਉਸਨੂੰ ਅੱਗੇ ਤੱਕ ਲੈ ਕੇ ਜਾਂਦੀ ਹੈ। ਤਾਂ ਸਕੂਲ ਟਾਈਮ ਦੇ ਵਿੱਚੋਂ ਸ਼ੁਰੂਆਤ ਹੋਈ ਸੀ ਅਤੇ ਉਸ ਟਾਈਮ ਕਦੀ ਸੋਚਿਆ ਨਹੀਂ ਸੀ ਕਿ ਮੈਨੂੰ ਗਾਉਣ ਦਾ ਵੀ ਸ਼ੌਕ ਹੈਗਾ ਜੀ। ਅਤੇ ਫਿਰ ਉਸ ਤੋਂ ਬਾਅਦ ਮੈਂ ਡਿਪਲੋਮਾ ਕੀਤਾ, ਉਸ ਕਾਲਜ ਦੇ ਵਿੱਚ ਮੈਂ ਕਦੇ ਤੁਰਿਆ ਫਿਰਦੇ ਅੱਧੇ ਗੁਣਗੁਣਾ ਰਿਹਾ ਸੀਗਾ ਅਤੇ ਅੰਦਰੋਂ ਜ਼ਰੂਰ ਸ਼ੌਕ ਸੀਗਾ ਬਟ ਕਦੇ ਸਾਹਮਣੇ ਨਹੀਂ ਗਾਇਆ ਸੀ ਕਿਉਂਕਿ ਮੈਂ ਬਹੁਤ ਡਰਦਾ ਸੀ ਅਤੇ ਸੰਗਦਾ ਸੀਗਾ। ਓਕੇ, ਹਾਂਜੀ। ਅਤੇ ਫਿਰ ਦੋਸਤਾਂ ਨੇ ਕਹਿਣਾ ਕਿ ਤੇਰੀ ਆਵਾਜ਼ ਅੱਛੀ ਹੈ ਤੂੰ ਗਾ, ਬਟ ਮੈਂ ਕਦੇ ਵੀ ਗਾਇਆ ਨਹੀਂ ਸੀਗਾ ਜੀ। ਅਤੇ ਉਸ ਤੋਂ ਬਾਅਦ ਕੁਛ ਮਾਹੌਲ ਮੈਨੂੰ ਇੱਦਾਂ ਦਾ ਮਿਲ ਗਿਆ ਕਿ ਕੁਛ ਦੋਸਤ ਇੱਦਾਂ ਦੇ ਮਿਲ ਗਏ ਜਿਹੜੇ ਇੰਸਟਰੂਮੈਂਟਸ ਪਲੇ ਕਰਦੇ ਸੀ। ਅਤੇ ਫਿਰ ਸਭ ਤੋਂ ਪਹਿਲਾਂ ਮੈਂ ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦਾ ਸੀ ਅਤੇ ਉੱਥੇ ਫਿਰ ਮੇਰਾ ਇੱਕ ਦਿਨ ਦਿਲ ਕੀਤਾ ਕਿ ਮੈਂ ਪਾਠ ਕਰਾਂਗਾ। ਜਿਸ ਦਿਨ ਮੈਂ ਪਾਠ ਕੀਤਾ ਅਤੇ ਉਹ ਇੰਨੀ ਐਪਰੀਸ਼ੀਏਸ਼ਨ ਮਿਲੀ, ਦੂਰ ਤੋਂ ਪਿੰਡਾਂ ਦੇ ਲੋਕ ਆ ਕੇ ਕਹਿਣ ਲੱਗੇ ਕਿ ਕੌਣ ਪੜ੍ਹ ਰਿਹਾ ਸੀ ਜਿਸ ਦੀ ਆਵਾਜ਼ ਇੰਨੀ ਅੱਛੀ ਸੀਗੀ। ਫਿਰ ਉਦੋਂ ਬਾਅਦ ਸਾਰੇ ਕਹਿਣ ਲੱਗੇ ਕਿ ਤੇਰੀ ਆਵਾਜ਼ ਬਹੁਤ ਅੱਛੀ ਹੈ। ਫਿਰ ਮੈਮ ਉਸ ਤੋਂ ਬਾਅਦ ਮੈਂ ਚੰਡੀਗੜ੍ਹ ਆ ਗਿਆ, ਫਿਰ ਜਿਹੜੀ ਮੇਰੀ ਸਿੰਗਿੰਗ ਹੈਗੀ ਹੈ ਜੋ ਮੈਂ ਆਪਣਾ ਡਿਵੈਲਪ ਕੀਤਾ ਜਾਂ ਜੋ ਵੀ ਹੈ, ਫਿਰ ਮੈਂ ਮਿਹਨਤ ਕਰੀ ਇੱਥੇ ਆ ਕੇ, ਸੁਣਨਾ ਅੱਛਾ ਸਟਾਰਟ ਕੀਤਾ। ਕਹਿੰਦੇ ਗਾਉਣਾ ਜ਼ਿਆਦਾ ਵੱਡੀ ਗੱਲ ਨਹੀਂ ਹੁੰਦੀ, ਇਨਸਾਨ ਨੂੰ ਸੁਣਨਾ ਅਜੇ ਬਹੁਤ ਵੱਡੀ ਗੱਲ ਹੁੰਦੀ। ਮੈਨੂੰ ਉਸ ਤੋਂ ਪਹਿਲਾਂ ਨਹੀਂ ਪਤਾ ਸੀਗਾ, ਇੱਥੇ ਆ ਕੇ ਫਿਰ ਮੈਨੂੰ ਪਤਾ ਚੱਲਿਆ ਕਿ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ, ਗੁਲਾਮ ਅਲੀ ਖਾਨ ਸਾਹਿਬ। ਫਿਰ ਮੈਂ ਇਹਨਾਂ ਨੂੰ ਸੁਣਨਾ ਸਟਾਰਟ ਕੀਤਾ, ਫਿਰ ਸੁਣ ਸੁਣ ਕੇ ਬਸ ਮੈਂ ਇਹਨਾਂ ਵਾਂਗ ਜਾਣ ਦੀ ਕੋਸ਼ਿਸ਼ ਕਰ। ਸਭ ਤੋਂ ਪਹਿਲਾਂ ਤੁਸੀਂ ਕੀ ਗਾਇਆ? ਸਭ ਤੋਂ ਪਹਿਲਾਂ ਮੈਂ ਫਿਰ ਕਾਲਜ ਲਾਈਫ ਦੇ ਵਿੱਚ ਹੀ ਆ ਕੇ ਫਿਰ ਮੈਂ ਇੱਕ ਸੂਫੀ ਰੰਗ ਗਾਇਆ ਸੀਗਾ, ਪਿਆਰ ਨਾਲ ਨਾ ਸਹੀ ਗੁੱਸੇ ਨਾਲ। ਮੈਂ ਚਾਹੂੰਗੀ ਕਿ ਉਹ ਜ਼ਰੂਰ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕਰੋ। ਹਾਂਜੀ ਮੈਮ। ਵੇ ਦਿਲ ਦੀ ਦੁਨੀਆ ਚ ਤੇਰੇ ਬਾਝੋ ਜੇ ਕੋਈ ਵਸਾਵਾਂ ਤਾਂ ਕਾਫੀ ਰਾਖੀ ਮੈਂ ਤੇਰੀ ਚੌਖਟ ਤੋਂ ਸਾਰੀ ਜ਼ਿੰਦਗੀ ਜੇ ਸਿਰ ਉਠਾਵਾਂ ਤਾਂ ਕਾਫੀ ਰਾਖੀ ਜੇ ਮੇਰੀ ਪੂਜਾ ਚ ਫਰਕ ਆਵੇ ਇਜਾਜ ਖੰਜਰ ਦੀ ਲੋੜ ਕਈ ਨੀ ਖੁਦਾ ਗਵਾਹ ਹੈ ਤੂੰ ਅੱਖ ਚ ਬਦਲੇ ਮੈਂ ਮਰਨਾ ਜਾਵਾਂ ਤਾਂ ਕਾਫੀ ਰਾਖੀ
ਬੇਪਿਆਰ ਨਾਲ ਨਾ ਸਹੀ ਹੈ ਗੁੱਸੇ ਨਾਲ ਵੇਖ ਲਿਆ ਕਰ ਬਿਮਾਰਾਂ ਨੂੰ ਸ਼ਫਾ ਮਿਲ ਜਾਂਦੀ ਏ ਪਿਆਰ ਨਾਲ ਨਾ ਸਹੀ ਹੋ ਗੁੱਸੇ ਨਾਲ ਵੇਖ ਲਿਆ ਕਰ ਬਿਮਾਰਾਂ ਨੂੰ ਸ਼ਫਾ ਮਿਲ ਜਾਂਦੀ ਏ ਹੋ ਤੇਰਾ ਦੀਦਾਰ ਚੰਨਾ ਸਾਡੀ ਮਜਬੂਰੀ ਏ ਹਰ ਰੋਜ਼ ਤੈਨੂੰ ਤੱਕਣਾ ਬੜਾ ਹੀ ਜ਼ਰੂਰੀ ਏ ਹੋ ਤੇਰਾ ਦੀਦਾਰ ਚੰਨਾ ਸਾਡੀ ਮਜਬੂਰੀ ਏ ਰੋਜ਼ ਤੈਨੂੰ ਤੱਕਣਾ ਬੜਾ ਹੀ ਜ਼ਰੂਰੀ ਏ ਵੇ ਸੁੱਖ ਮਿਲ ਜਾਂਦਾ ਏ ਸੁੱਖ ਮਿਲ ਜਾਂਦਾ ਏ ਹੋ ਪੈਂਦੀ ਆ ਜਾ ਤੇਰੇ ਤੇ ਨਜ਼ਰ ਬਿਮਾਰਾਂ ਨੂੰ ਸ਼ਫਾ ਮਿਲ ਜਾਂਦੀ ਏ ਪਿਆਰ ਨਾਲ ਨਾ ਸਹੀ ਹੋ ਗੁੱਸੇ ਨਾਲ ਵੇਖ ਲਿਆ ਕਰ ਬਿਮਾਰਾਂ ਨੂੰ ਸ਼ਫਾ ਮਿਲ ਜਾਂਦੀ ਏ ਕਿਆ ਬਾਤ ਹੈ ਇਹਦੇ ਵਿੱਚ ਜਿਹੜਾ ਅਹਿਸਾਸ ਹੈ ਨਾ ਇੰਨਾ ਕੁ ਜ਼ਿਆਦਾ ਡੀਪ ਹੈ ਮੇਰੀ ਆਪਣੀ ਅੱਖਾਂ 'ਚ ਪਾਣੀ ਆ ਗਿਆ ਫਿਲਹਾਲ ਮੈਂ ਇਹ ਜਾਣਨਾ ਚਾਹੂੰਗੀ ਕਿ ਇਹ ਸੰਗੀਤ ਦੀ ਸ਼ਿਕਸ਼ਾ ਜਿਹੜੀ ਆ ਇਹ ਤੁਸੀਂ ਕਿੱਥੋਂ ਲਈ ਬਿਕੋਜ਼ ਕਹਿੰਦੇ ਨੇ ਕਿ ਗੁਰੂ ਜਿਹੜਾ ਆ ਉਹ ਹਰ ਇੱਕ ਸ਼ਖਸ ਦਾ ਜ਼ਰੂਰ ਹੁੰਦਾ ਸੋ ਤੁਹਾਡਾ ਮਿਊਜ਼ਿਕ ਦੇ ਵਿੱਚ ਗੁਰੂ ਕੌਣ ਮੈਂ ਪਹਿਲਾਂ ਹੀ ਦੱਸਿਆ ਸੀ ਗੁਰੂ ਮੈਂ ਜਿਹਨਾਂ ਨੂੰ ਸੁਣਦਾ ਉਹੀ ਮੇਰੇ ਗੁਰੂ ਨੇ ਜੀ ਉਸਤਾਦ ਨੁਸਰਤ ਫਤਿਹ ਅਲੀ ਖਾਨ ਜੀ ਉਹਨਾਂ ਵਰਗਾ ਗਾਣਾ ਜਾਂ ਉਹਨਾਂ ਨੂੰ ਸੁਣਨਾ ਬਹੁਤ ਵੱਡੀ ਗੱਲ ਪਹਿਲਾਂ ਕਿ ਉਹਨਾਂ ਨੂੰ ਤਾਂ ਸੁਣਨਾ ਅਜੇ ਬਹੁਤ ਵੱਡਾ ਕੰਮ ਹੈ ਜੀ ਤੇ ਬਸ ਉਹਨਾਂ ਤੋਂ ਸੁਣ ਸੁਣ ਕੇ ਜਾਂ ਹੋਰ ਜਿਵੇਂ ਅਤੁੱਲਾ ਖਾਨ ਸਾਹਿਬ ਹੋ ਗਏ ਜੀ ਪਹਿਲਾਂ ਹੀ ਨਾਮ ਲੈ ਚੁੱਕਿਆ ਜਿਵੇਂ ਗੁਲਾਮ ਅਲੀ ਖਾਨ ਸਾਹਿਬ ਜੀ 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 ਇਹਨਾਂ ਨੂੰ ਸੁਣ ਸੁਣ ਕੇ ਬਸ ਆਪਣਾ ਮਤਲਬ ਤੁਸੀਂ ਕਦੇ ਮਿਊਜ਼ਿਕ ਦੀ ਕੋਈ ਕਲਾਸ ਨਹੀਂ ਲਈ ਕਦੇ ਕੋਈ ਰਾਗ ਨਹੀਂ ਸਿੱਖਿਆ ਨਹੀਂ ਮੈਨੂੰ ਉਦਾਂ ਕੋਈ ਨੌਲੇਜ ਨਹੀਂ ਹੈਗੀ ਜੀ ਪਰ ਉਹਦੇ ਬਾਵਜੂਦ ਵੀ ਤੁਸੀਂ ਇੰਨਾ ਖੂਬਸੂਰਤ ਗਾ ਲੈਂਦੇ ਹੋ ਇਹ ਵਾਕਈ ਲੱਗਦਾ ਹੈ ਕਿ ਆਪਣੇ ਆਪ 'ਤੇ ਕੰਮ ਕੀਤਾ ਹੋਇਆ ਐਂਡ ਜਦੋਂ ਤੁਸੀਂ ਮਿਊਜ਼ਿਕ ਦੀ ਗੱਲ ਕਰਦੇ ਹੋ ਅੱਜ ਕੱਲ੍ਹ ਤਾਂ ਜਿਹੜਾ ਟ੍ਰੈਂਡ ਚੱਲ ਰਿਹਾ ਬਹੁਤ ਤਰ੍ਹਾਂ ਦੇ ਗੀਤ ਆ ਰਹੇ ਨੇ ਤੁਸੀਂ ਸਿਰਫ ਸੂਫੀ ਮਿਊਜ਼ਿਕ ਨੂੰ ਚੁਣਿਆ ਕਿ ਇਹ ਵਜ੍ਹਾ ਸੀ ਕਿ ਤੁਸੀਂ ਸੁਣਿਆ ਹੀ ਸੂਫੀ ਹੈ ਹਾਂਜੀ ਮੈਮ ਇੱਕ ਆਨੰਦ ਹੁੰਦਾ ਐਕਚੁਅਲੀ ਮਿਊਜ਼ਿਕ ਜਿਹੜੀ ਚੀਜ਼ ਹੈ ਨਾ ਆਪਾਂ ਜੇ ਗੱਲ ਕਰੀਏ ਸਭ ਤੋਂ ਪਹਿਲਾਂ ਤਾਂ ਇਸ ਦਾ ਨਾਮ ਹੀ ਆਪਾਂ ਕਹਿੰਦੇ ਗਾਣਾ ਵੱਡੇ ਲੋਕ ਕਹਿੰਦੇ ਨੇ ਕਿ ਇਹਨਾਂ ਦਾ ਨਾਂ ਹੀ ਹੈ ਕਿ ਗਾਣਾ ਅੱਛਾ ਇਹਨਾਂ ਇਹ ਚੀਜ਼ ਕਹੀ ਗਈ ਹੈ ਕਿਉਂਕਿ ਇੱਡੀ ਵੱਡੀ ਚੀਜ਼ ਹੈ ਕਿ ਜਿਸ ਦਾ ਸ਼ੁਰੂਆਤ ਹੀ ਆਪਾਂ ਕਹਿੰਦੇ ਗਾਣਾ ਤੇ ਜਦੋਂ ਆਪਾਂ ਮਿਊਜ਼ਿਕ ਦੀ ਗੱਲ ਕਰੀਏ ਕਿਸੇ ਵੀ ਧਰਮ ਦੀ ਗੱਲ ਕਰੀਏ ਤਾਂ ਮਿਊਜ਼ਿਕ ਐਸੀ ਚੀਜ਼ ਹੈ ਜਿਹੜੀ ਤੁਹਾਨੂੰ ਉੱਪਰ ਜੋੜਦੀ ਹੈ ਜੀ ਬਿਲਕੁਲ ਅੱਜ ਦੇ ਟਾਈਮ 'ਚ ਚਲੋ ਹੈ ਨਾ ਇੰਜੋਇਮੈਂਟ ਦਾ ਸਾਧਨ ਹੈ ਜੋ ਵੀ ਬਣ ਚੁੱਕਿਆ ਬਟ ਜਿਹੜਾ ਅਸਲੀ ਮਿਊਜ਼ਿਕ ਹੈ ਜਾਂ ਆਪਾਂ ਗੱਲ ਕਰੀਏ ਰੂਹ ਨੂੰ ਸ਼ਾਂਤੀ ਦੇਣ ਵਾਲਾ ਮਿਊਜ਼ਿਕ ਮੈਨੂੰ ਬਸ ਸਕੂਨ ਮਿਲਦਾ ਜੀ ਇਹ ਗਾ ਕੇ ਇੱਥੇ ਜੀ ਗੱਲ ਆਪਾਂ ਅਰੇ ਸਕੂਨ ਜਿਹੜਾ ਆ ਵਾਕਈ ਸੁਣਨ ਵਾਲੇ ਨੂੰ ਵੀ ਉਨਾ ਹੀ ਮਿਲਦਾ ਤੁਹਾਨੂੰ ਸੁਣ ਕੇ ਐਜੂਕੇਸ਼ਨ ਦੀ ਜੇ ਤੁਹਾਡੀ ਮੈਂ ਗੱਲ ਕਰਾਂ ਤੁਸੀਂ ਬੈਕਗਰਾਊਂਡ ਤੁਹਾਡੀ ਬਠਿੰਡੇ ਤੋਂ ਹੈ ਫਿਰ ਚੰਡੀਗੜ੍ਹ ਦੇ ਵਿੱਚ ਆਉਣਾ ਹੋਇਆ ਚੰਡੀਗੜ੍ਹ ਦੇ ਵਿੱਚ ਫਾਈਨ ਆਰਟਸ ਤੋਂ ਤੁਸੀਂ ਜਿਹੜੀ ਐਜੂਕੇਸ਼ਨ ਤੁਹਾਡੀ ਉਹ ਸਾਰੀ ਪੇਂਟਿੰਗਸ ਦੇ ਨਾਲ ਰਿਲੇਟਡ ਹੈ ਬਟ ਜੇ ਬੈਕਗਰਾਊਂਡ ਦੀ ਐਜੂਕੇਸ਼ਨ ਦੀ ਗੱਲ ਕੀਤੀ ਜਾਵੇ ਬਠਿੰਡਾ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਉਹ ਬਚਪਨ ਦਾ ਸਫ਼ਰ ਤੁਹਾਡਾ ਕਿਵੇਂ ਦਾ ਸੀ ਬਚਪਨ ਦਾ ਸਫ਼ਰ ਮੈਮ ਆਪਾਂ ਨੂੰ ਪਤਾ ਹੀ ਹੈ ਕਿ ਸਾਰਿਆਂ ਦਾ ਬਚਪਨ ਦਾ ਸਫ਼ਰ ਬਹੁਤ ਹੀ ਖੂਬਸੂਰਤ ਜੀ ਬਿਲਕੁਲ ਤਾਂ ਮੈਂ ਬਠਿੰਡਾ ਡਿਸਟ੍ਰਿਕਟ ਦੇ ਬਹੁਤ ਛੋਟੇ ਜਿਹੇ ਪਿੰਡ ਧੰਨ ਸਿੰਘ ਖਾਨਾ ਜੀ ਮੇਰੇ ਪਿੰਡ ਦਾ ਨਾਮ ਜੀ ਉੱਥੋਂ ਦਾ ਜੰਮਪਲ ਹਾਂ ਉਸ ਤੋਂ ਬਾਅਦ ਸਕੂਲੀ ਵਿੱਦਿਆ ਪ੍ਰਾਪਤ ਕੀਤੀ ਆਪਣੀ ਮੈਂ 12ਵੀਂ ਤੱਕ ਦੀ ਪੜ੍ਹਾਈ ਉੱਥੋਂ ਪੂਰੀ ਕਰਕੇ ਫਿਰ ਮੈਂ ਆਰਟ ਐਂਡ ਕ੍ਰਾਫਟ ਦਾ ਡਿਪਲੋਮਾ ਵੀ ਕੀਤਾ ਕਿਉਂਕਿ ਉਸ ਟਾਈਮ ਮਿਊਜ਼ਿਕ ਦਾ ਨਹੀਂ ਸੀ ਇੰਨਾ ਜੀ ਈਵਨ ਆਰਟ ਐਂਡ ਕ੍ਰਾਫਟ ਦਾ ਵੀ ਬਠਿੰਡਾ ਵਰਗੇ ਸ਼ਹਿਰ ਦੇ ਵਿੱਚ ਦੇਖਿਆ ਜਾਵੇ ਲਾਗੇ ਬੰਨੇ ਦੇ ਜਿਹੜੇ ਪਿੰਡ ਨੇ ਉਸ ਟਾਈਮ ਦੇ ਵਿੱਚ ਤੇ ਪੇਰੈਂਟਸ ਨਹੀਂ ਚਾਹੁੰਦੇ ਸੀ ਕਿ ਉਹਨਾਂ ਦੇ ਬੱਚੇ ਜਿਹੜੇ ਉਹ ਆਰਟ ਲਾਈਨ ਦੇ ਵਿੱਚ ਜਾਣ ਜੀ ਮੈਮ ਮੈਨੂੰ ਕਿਸੇ ਤਰ੍ਹਾਂ ਦੀ ਮੈਮ ਕਦੇ ਪ੍ਰੋਬਲਮ ਨਹੀਂ ਆਈ ਘਰਦਿਆਂ ਵੱਲੋਂ ਬਹੁਤ ਸਪੋਰਟ ਮਿਲੀ ਹੈ ਹਰ ਚੀਜ਼ ਦੇ ਵਿੱਚ ਜੀ ਉਹਨਾਂ ਨੇ ਮੈਨੂੰ ਹਮੇਸ਼ਾ ਸਾਥ ਦਿੱਤਾ ਹੈ ਤੁਸੀਂ ਅੱਗੇ ਵਧੋ ਆਪਾਂ ਤੁਹਾਡੇ ਨਾਲ ਹੈਗੇ ਹਾਂ ਜੀ ਤੇ ਉਸ ਤੋਂ ਬਾਅਦ ਮੈਮ ਬਸ ਜਿਵੇਂ ਤੁਹਾਡਾ ਇੰਟਰਸਟ ਹੁੰਦਾ ਤੁਹਾਨੂੰ ਉਦਾਂ ਦੇ ਲੋਕ ਮਿਲਦੇ ਰਹਿੰਦੇ ਨੇ ਪਰ ਹੌਲੀ 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 ਕਰਦੇ ਕਰਦੇ ਕਿਸੇ ਨਾ ਕਿਸੇ ਤਰੀਕੇ ਮੈਂ ਚੰਡੀਗੜ੍ਹ ਪਹੁੰਚ ਗਿਆ ਜੀ ਤੇ ਚੰਡੀਗੜ੍ਹ ਆ ਕੇ ਤਾਂ ਫਿਰ ਬਹੁਤ ਕੁਝ ਸਿੱਖਣ ਨੂੰ ਮਿਲਿਆ ਬੇਸ ਜਿਹੜਾ ਸੀਗਾ ਸਟਰੋਂਗ ਹੋ ਗਿਆ ਹਾਂਜੀ ਤੁਸੀਂ ਗੱਲ ਕੀਤੀ ਕਿ ਤੁਸੀਂ ਆਪਣੇ ਸਕੂਲ ਦੇ ਵਿੱਚ ਜਿਹੜੀਆਂ ਪੇਂਟਿੰਗਸ ਨੇ ਉਹ ਬਣਾਉਂਦੇ ਹੁੰਦੇ ਸੀ ਆਪਣੇ ਸਟੂਡੈਂਟਸ ਦੀਆਂ ਜਿਹੜੇ ਤੁਹਾਡੇ ਨਾਲ ਹੁੰਦੇ ਸੀ ਕਦੇ ਟੀਚਰਸ ਦੀਆਂ ਵੀ ਬਣਾਈਆਂ ਸੀ ਮੈਮ ਬਹੁਤ ਵਾਰ ਹੋਇਆ ਸੀਗਾ ਇਦਾਂ ਕਿ ਸਾਹਮਣੇ ਬੈਠ ਸ਼ੌਕ ਹੁੰਦਾ ਸੀ ਬੜਾ ਜ਼ਿਆਦਾ ਤੇ ਸਕੂਲ ਦੇ ਵਿੱਚ ਉਸ ਟਾਈਮ ਇਹ ਇੱਕ ਸੋਰਸ ਆਫ ਫਨ ਹੁੰਦਾ ਸੀਗਾ ਕਿ ਦੋਸਤਾਂ ਨੇ ਕਹਿਣਾ ਕਿ ਉਹ ਸਾਹਮਣੇ ਮੈਮ ਬੈਠੇ ਇਹਨਾਂ ਦਾ ਬਣਾ ਦੇ ਚਾਹੀਦਾ ਅੱਛਾ ਤੇ ਉਸ ਟਾਈਮ ਫਿਰ ਮੈਂ ਬੈਠ ਕੇ ਆਪਣੀ ਕਾਪੀ ਦੇ ਉੱਤੇ ਜਿੱਦਾਂ ਵੀ ਮੈਨੂੰ ਟੀਚਰ ਦਿਖਦੇ ਸੀਗੇ ਐਕਚੁਅਲੀ ਉਸ ਟਾਈਮ ਤਾਂ ਇਹ ਫਨ ਹੁੰਦਾ ਸੀ ਬਟ ਉਸ ਟਾਈਮ ਮੇਰੀ ਆਬਜ਼ਰਵੇਸ਼ਨ ਜਿਹੜੀ ਸੀ ਸਟਰੋਂਗ ਹੋ ਰਹੀ ਸੀ ਓਕੇ ਮੈਨੂੰ ਵੀ ਨਹੀਂ ਪਤਾ ਸੀ ਉਸ ਚੀਜ਼ ਦਾ ਕਿਉਂਕਿ ਇਹ ਚਿੱਤਰਕਾਰੀ ਚੀਜ਼ ਹੀ ਹਰ ਚੀਜ਼ ਇਦਾਂ ਦੀ ਹੈ ਕਿ ਜਿੰਨਾ ਤੁਸੀਂ ਆਬਜ਼ਰਵ ਕਰਨਾ ਸਿੱਖ ਲਿਆ ਆਈ ਕੰਟੈਕਟ ਤੁਹਾਡਾ ਤੁਹਾਡੇ ਆਬਜੈਕਟ ਤੱਕ ਉਹਨਾਂ ਤੁਹਾਡਾ ਇੰਪਰੂਵ ਹੁੰਦਾ ਰਹਿੰਦਾ ਬਿਲਕੁਲ ਤੇ ਉਸ ਟਾਈਮ ਪਰ ਮੈਂ ਬਣਾਉਂਦਾ ਸੀਗਾ ਤੇ
ਉਸ ਟਾਈਮ ਫਿਰ ਟੀਚਰਸ ਅੱਛਾ ਲੱਗਦਾ ਸੀ ਉਹਨਾਂ ਨੂੰ ਨਹੀਂ ਉਹ ਤਾਂ ਮਾਰਦੇ ਵੀ ਸੀ ਵੀ ਇਹ ਕੀ ਸਾਡੀਆਂ ਪੇਂਟਿੰਗਸ ਬਣਾਈਆਂ ਨੇ ਮੇਰੇ ਕੁਛ ਬਣੇ ਹੋਏ ਫਿਰ ਮੈਂ ਕਿਸੇ ਦੋਸਤ ਦੇ ਕੋਲ ਮੇਰੀ ਕਾਪੀ ਚਲੀ ਗਈ ਸੀ ਤਾਂ ਉਹ ਕਾਪੀ ਉਸ ਤੋਂ ਫੜੀ ਗਈ ਸੀ ਟੀਚਰਸ ਦੁਆਰਾ ਅੱਛਾ ਜਦੋਂ ਉਹਨਾਂ ਨੇ ਖੋਲ੍ਹ ਕੇ ਦੇਖਿਆ ਤਾਂ ਉਸਨੂੰ ਬਹੁਤ ਕੁੱਟਿਆ ਗਿਆ ਕਿ ਤੂੰ ਸਾਡੇ ਸ਼ਕਲਾਂ ਬਣਾਉਂਦਾ ਬਟ ਉਹ ਬਣਾਈਆਂ ਮੈਂ ਸੀ ਤਾਈਆਂ ਉਸਦੇ ਓ ਮਾਈ ਗੋਡ ਮਤਲਬ ਕਿ ਇਹ ਖਾਮਿਆਜ਼ਾ ਤੁਹਾਡੀ ਕਲਾ ਦਾ ਕਿਸੇ ਹੋਰ ਨੂੰ ਭੁਗਤਣਾ ਪਿਆ ਆਲਰਾਈਟ ਫਿਊਚਰ ਦੀ ਜੇ ਮੈਂ ਗੱਲ ਕਰਾਂ ਸਰਬਜੀਤ ਤੁਹਾਡੇ ਤਾਂ ਕੀ ਲੱਗਦਾ ਕਿ ਤੁਸੀਂ ਪੇਂਟਿੰਗ ਦੇ ਵਿੱਚ ਜਾਓਗੇ ਜਾਂ ਮਿਊਜ਼ਿਕ ਦੇ ਵਿੱਚ ਜਾਓਗੇ ਐਕਚੁਅਲੀ ਇਹ ਸਵਾਲ ਮੈਨੂੰ ਹਰ ਕੋਈ ਪੁੱਛਦਾ ਮੈਮ ਐਕਚੁਅਲੀ ਇਹ ਦੋਨੇ ਮੇਰੇ ਸ਼ਾਇਦ ਪਰ ਬਣ ਚੁੱਕੇ ਨੇ ਪੇਂਟਿੰਗ ਵੀ ਔਰ ਮਿਊਜ਼ਿਕ ਵੀ ਜੇ ਮੈਂ ਕਹਾਂ ਕਿ ਮੈਂ ਕਿਸੇ ਇੱਕ ਨਾਲ ਅੱਗੇ ਜਾਵਾਂਗਾ ਵੈਸੇ ਕਿਹਾ ਜਾਂਦਾ ਕਿ ਕਿਸੇ ਇੱਕ ਚੀਜ਼ ਨੂੰ ਅਪਣਾਉਣਾ ਪਏਗਾ ਅਗਰ ਤੁਸੀਂ ਅੱਗੇ ਜਾਣਾ ਬਟ ਮੇਰੀ ਕੋਸ਼ਿਸ਼ ਇਹ ਹੈ ਕਿ ਮੈਂ ਇਹਨਾਂ ਨੂੰ ਕਦੇ ਦੋ ਨਾ ਰਹਿਣ ਦੇਵਾਂ ਮੈਂ ਮਿਲਾ ਕੇ ਇੱਕ ਹੀ ਕਰ ਲਵਾਂਗਾ ਜਿਵੇਂ ਤੁਸੀਂ ਮੇਰੀਆਂ ਕੁਛ ਪਰਫੋਰਮੈਂਸ ਵੀ ਦੇਖੋਗੇ ਜਿਹਦੇ ਵਿੱਚ ਮੈਂ ਮੇਰਾ ਕੀ ਚੱਲ ਰਿਹਾ ਮੈਮ ਕਿ ਮੈਂ ਮਿਊਜ਼ਿਕ ਦੇ ਵਿੱਚ ਆਪਣੀ ਚਿੱਤਰਕਲਾ ਲੈ ਕੇ ਆਉਂਦਾ ਜਦੋਂ ਮੈਂ ਚਿੱਤਰਕਲਾ ਲੈ ਕੇ ਕਰਦਾ ਤਾਂ ਉਸ ਦੇ ਵਿੱਚ ਆਪਣਾ ਮਿਊਜ਼ਿਕ ਲੈ ਕੇ ਆਉਂਦਾ ਮੇਰੇ ਕੁਛ ਆਉਣ ਵਾਲੇ ਜਿਹੜੀਆਂ ਚਿੱਤਰਕਾਰੀਆਂ ਨੇ ਉਹਨਾਂ ਦੇ ਵਿੱਚ ਮੈਂ ਕੁਛ ਮਿਊਜ਼ਿਕ ਦੇ ਐਲੀਮੈਂਟਸ ਯੂਜ਼ ਕਰਦਾ ਮੈਂ ਮਿਊਜ਼ਿਕ ਨੂੰ ਪੇਂਟ ਕਰਨ ਦੀ ਕੋਸ਼ਿਸ਼ ਕਰਾਂਗਾ ਤੇ ਗਾਉਣ ਦੇ ਵਿੱਚ ਮੈਂ ਜਦੋਂ ਮੈਂ ਗਾਵਾਂਗਾ ਤਾਂ ਉਹਦੇ ਵਿੱਚ ਚਿੱਤਰਕਲਾ ਲੈ ਕੇ ਆਵਾਂਗਾ ਮਿਊਜ਼ੀਕਲ ਇੰਸਟਰੂਮੈਂਟਸ ਨੂੰ ਕਿਵੇਂ ਤੁਸੀਂ ਪੇਂਟਿੰਗ ਦੇ ਵਿੱਚ ਯੂਜ਼ ਕਰੋਗੇ ਐਕਚੁਅਲੀ ਇਸ ਦਾ ਮੈਮ ਜਿਹੜੀ ਉਦਾਹਰਨ ਹੈ ਸ਼ਾਇਦ ਆਪਾਂ ਦੇਖ ਪਾਉਂਦੇ ਤਾਂ ਜ਼ਿਆਦਾ ਬੈਟਰ ਹੁੰਦਾ ਕਿਉਂਕਿ ਹਾਲੇ ਮੇਰੇ ਕੋਲ ਉਹ ਹੈ ਨਹੀਂ ਚੱਲ ਰਿਹਾ ਕੰਮ ਅਤੇ ਉਹਦੇ ਵਿੱਚ ਕੀ ਹੁੰਦਾ ਕਿ ਮੈਂ ਕੁਛ ਤਬਲੇ ਦੇ ਜੋ ਪੁੜੇ ਹੁੰਦੇ ਨੇ ਉਸਨੂੰ ਕਿਹਾ ਜਾਂਦਾ ਖੱਲ ਹੁੰਦੀ ਆ ਉਹ ਯੂਜ਼ ਟੂ ਹੋਣ ਤੋਂ ਬਾਅਦ ਖਰਾਬ ਹੋਣ ਤੋਂ ਬਾਅਦ ਦੁਕਾਨਦਾਰ ਉਸਨੂੰ ਸਿੱਟ ਦਿੰਦੇ ਨੇ ਔਰ ਨਵਾਂ ਚੜਾ ਦਿੰਦੇ ਮੈਂ ਉਹ ਪੁਰਾਣੇ ਇਕੱਠੇ ਕੀਤੇ ਹੋਏ ਨੇ ਉਹ ਪੁਰਾਣੇ ਇਕੱਠੇ ਕੀਤੇ ਹੋਏ ਨੇ ਜਿਵੇਂ ਅਸੀਂ ਕੈਨਵਸ ਦੇ ਉੱਤੇ ਕਿਸੇ ਦਾ ਚਿੱਤਰ ਬਣਾਉਂਦੇ ਹਾਂ ਤਾਂ ਮੈਂ ਜਿਹੜੇ ਮੇਰਾ ਹੈਗਾ ਕਿ ਮੇਰੇ ਫੇਵਰੇਟ ਜਾਂ ਜਿਨ੍ਹਾਂ ਲੋਕਾਂ ਨੇ ਆਪਣੀ ਜ਼ਿੰਦਗੀ ਲਗਾਈ ਹੈ ਮਿਊਜ਼ਿਕ ਦੇ ਲਈ ਉਹਨਾਂ ਦੀਆਂ ਚਿੱਤਰਕਲਾ ਜਾਂ ਉਹਨਾਂ ਦੇ ਜਿਹੜੇ ਚਿੱਤਰ ਨੇ ਮੈਂ ਉਹ ਪੁੜਿਆਂ ਦੇ ਉੱਤੇ ਬਣਾਵਾਂਗਾ ਉਹਨਾਂ ਨੂੰ ਰਿਲੇਟ ਕਰਾਉਣਾ ਉਹਨਾਂ ਦੇ ਨਾਲ ਉਹ ਮੇਰੇ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਓਕੇ ਜ਼ਰੂਰ ਇਸ ਤੋਂ ਇਲਾਵਾ ਜਿਹੜੀ ਸਭ ਤੋਂ ਪਹਿਲੀ ਪੇਂਟਿੰਗ ਤੁਸੀਂ ਬਣਾਈ ਹੈ ਯਾਦ ਹੈ ਤੁਹਾਨੂੰ ਕਿ ਸਭ ਤੋਂ ਪਹਿਲੀ ਪੇਂਟਿੰਗ ਜਿਹੜੀ ਸੀ ਉਹ ਕੀ ਦੀ ਸੀ ਵੈਸੇ ਤਾਂ ਤੁਸੀਂ ਟੀਚਰਸ ਦੀਆਂ ਬਣਾਈਆਂ ਨੇ ਉਸ ਟਾਈਮ ਜੋ ਪਹਿਲੀ ਅਗਰ ਆਪਾਂ ਗੱਲ ਕਰੀਏ ਤਾਂ ਸਾਡੇ ਪਿੰਡ ਦੇ ਵਿੱਚ ਬਹੁਤ ਵੱਡਾ ਫੰਕਸ਼ਨ ਹੋਇਆ ਸੀ ਜਿੱਥੇ ਹਰਸਿਮਰਤ ਕੌਰ ਬਾਦਲ ਜੀ ਆਏ ਸੀਗੇ ਉਸ ਟਾਈਮ ਮੈਂ ਸ਼ਾਇਦ 9ਵੀਂ ਕਲਾਸ ਦੇ ਵਿੱਚ ਸੀਗਾ ਜੀ ਤਾਂ ਉਹ ਪਿੰਡ ਦੇ ਜੋ ਸਾਡਾ ਕਲੱਬ ਸੀ ਉਹਨਾਂ ਨੇ ਸੋਚਿਆ ਕਿ ਆਪਾਂ ਕੁਛ ਵਧੀਆ ਜਿਹੀ ਚੀਜ਼ ਉਹਨਾਂ ਨੂੰ ਗਿਫਟ ਕਰਾਂਗੇ ਜੀ ਫਿਰ ਕਾਫੀ ਚੱਲਦਾ ਰਿਹਾ ਉਹਨਾਂ ਨੇ ਚੀਜ਼ਾਂ ਵਗੈਰਾ ਖਰੀਦੀਆਂ ਬਾਅਦ ਵਿੱਚ ਕਿਸੇ ਨੇ ਕਿਹਾ ਕਿ ਆਪਾਂ ਉਸ ਤੋਂ ਉਹਨਾਂ ਦੀ ਪੇਂਟਿੰਗ ਤਿਆਰ ਕਰਵਾਉਂਦੇ ਆ ਤਾਂ ਉਸ ਟਾਈਮ ਪਹਿਲਾਂ ਮੈਂ ਵਾਟਰ ਕਲਰ ਦੇ ਨਾਲ ਉਹਨਾਂ ਦਾ ਇੱਕ ਚਿੱਤਰ ਤਿਆਰ ਕੀਤਾ ਸੀ ਤੇ ਉਹ ਕਾਫੀ ਭੀੜ ਦੇ ਵਿੱਚ ਮੈਂ ਜਦੋਂ ਉੱਪਰ ਗਿਆ ਤੇ ਉਸ ਟਾਈਮ ਦਾ ਇੱਕ ਇੰਸੀਡੈਂਟ ਆਈ ਤੁਹਾਨੂੰ ਥੋੜਾ ਸ਼ੇਅਰ ਕਰਨਾ ਜ਼ਰੂਰ ਜ਼ਰੂਰ ਕਿ ਮੇਰੀਆਂ ਚੱਪਲਾਂ ਟੁੱਟੀਆਂ ਹੋਈਆਂ ਸੀਗੀਆਂ ਉਸ ਟਾਈਮ ਓਕੇ ਚੇਂਜ ਹੋ ਗਿਆ ਸੀਗੀਆਂ ਕਿਸੇ ਨਾਲ ਮੇਰਾ ਦੋਸਤ ਸੀਗਾ ਮੈਂ ਸ਼ੂਜ਼ ਪਾਏ ਹੋਏ ਸੀ ਉਹ ਕਹਿੰਦਾ ਕਿ 2 ਮਿੰਟ ਮੈਨੂੰ ਦੇ ਦੇ ਤੂੰ ਮੇਰੀ ਚੱਪਲ ਪਾ ਲਾ ਮੈਂ ਹੁਣੇ ਵਾਪਸ ਆ ਗਿਆ ਅੱਛਾ ਉਹ ਬੜਾ ਮੇਰਾ ਯਾਦਗਾਰੀ ਮੂਵਮੈਂਟ ਐਕਚੁਅਲੀ ਮੈਮ ਜੀ ਜ਼ਿੰਦਗੀ ਦੀ ਪਹਿਲੀ ਜਿਹੜੀ ਆਪਾਂ ਕਹੀਏ ਤਾਂ ਮੈਂ ਕਿਹਾ ਵੀ ਮੇਰੀ ਮੈਨੂੰ ਹੁਣ ਅਨਾਊਂਸਮੈਂਟ ਹੋਏਗੀ ਮੈਂ ਮੈਡਮ ਨੂੰ ਪੋਰਟਰੇਟ ਦੇ ਕੇ ਆਉਣਾ ਅਤੇ ਮੈਂ ਤੁਸੀਂ ਮੇਰੇ ਨਾਲ ਬਾਅਦ 'ਚ ਮਿਲ ਲਿਓ ਉਹ ਕਹਿੰਦਾ ਨਹੀਂ ਮੈਂ 2 ਮਿੰਟ 'ਚ ਆ ਗਿਆ ਉਹਨੇ ਮੈਨੂੰ ਆਪਣੀ ਚੱਪਲ ਦੇ ਦਿੱਤੀ ਅਤੇ ਔਰ ਮੇਰੇ ਸ਼ੂਜ਼ ਪਾ ਕੇ ਲੈ ਗਿਆ ਉਹਨੇ 'ਚ ਮੇਰਾ ਨਾਮ ਅਨਾਊਂਸ ਹੋ ਗਿਆ ਉਸਦੀ ਚੱਪਲ ਸੀ ਟੁੱਟੀ ਹੋਈ ਅਤੇ ਉਹ ਮੈਂ ਚੱਲਦਾ ਗਿਆ ਉਸ ਸਟੇਅਰ ਸੀਗੀਆਂ ਮੈਂ ਚੜ੍ਹਦਾ ਗਿਆ ਉੱਪਰ ਲੈ ਕੇ ਮੈਨੂੰ ਪਤਾ ਸੀਗਾ ਆਪਾਂ ਨੂੰ ਮਹਿਸੂਸ ਹੋ ਜਾਂਦਾ ਅਤੇ ਮੈਂ ਇਸਦੀ ਪੈਰ ਘੜੀਸ ਕੇ ਮੈਮ ਕੋਲ ਪਹੁੰਚ ਗਿਆ ਅਤੇ ਉਹਨਾਂ ਨੂੰ ਦਿੱਤਾ ਅਤੇ ਉੱਥੇ 15-20 ਪਿੰਡਾਂ ਦੇ ਲੋਕ ਆਏ ਹੋਏ ਸੀ ਬਿਲਕੁਲ ਆਸੇ ਪਾਸੇ ਸਾਰੇ ਕਾਫੀ ਇਕੱਠ ਸੀ ਅਤੇ ਉਸ ਟਾਈਮ ਪਰ ਬੜਾ ਤਾੜੀਆਂ ਮਾਰੀਆਂ ਉੱਥੇ ਬੜਾ ਉਹਨਾਂ ਨੇ ਕਿਹਾ ਅਤੇ ਮੈਮ ਨੇ ਮੈਨੂੰ ਹੈ ਨਾ ਇਸ ਤਰ੍ਹਾਂ ਹੱਕ ਕੀਤਾ ਔਰ ਕੁਛ ਪੈਸੇ ਦਿੱਤੇ ਬੜਾ ਖੁਸ਼ ਹੋਏ ਅਤੇ ਉਸ ਤੋਂ ਬਾਅਦ ਮੇਰੇ ਦਿਲ 'ਚ ਇੱਕ ਚੀਜ਼ ਸੀ ਕਿ ਯਾਰ ਮੇਰੇ ਪੈਰ ਦੀ ਚੱਪਲ ਔਰ ਇੰਨੇ ਲੋਕ ਦੇਖ ਰਹੇ ਨੇ ਸਟੇਅਰਸ ਵੀ ਕਾਫੀ ਜ਼ਿਆਦਾ ਸੀਗੀਆਂ ਮੈਂ ਜਦੋਂ ਵਾਪਸੀ ਤੇ ਆਉਣ ਲੱਗਿਆ ਤਾਂ ਉਹ ਫਿਰ ਮੇਰੇ ਪੈਰ 'ਚੋਂ ਨਿਕਲੀ ਗਈ ਅੱਛਾ ਫਿਰ ਮੈਂ ਕਿੰਨਾ ਟਾਈਮ ਚੱਲਦਾ ਮੈਂ ਸਾਰਿਆਂ ਦੇ ਸਾਹਮਣੇ ਚੱਕ ਕੇ ਉਸ ਨੂੰ ਠੀਕ ਕਰਨ ਲੱਗ ਗਿਆ ਓ ਮਾਈ ਗੋਡ ਉਹ ਫਿਰ ਐਡਾ ਹਾਸਾ ਬਣਿਆ ਉੱਥੇ ਸਾਰਿਆਂ ਨੇ ਬਹੁਤ ਜ਼ਿਆਦਾ ਫਿਰ ਯਾਦਗਾਰੀ ਐਗਜ਼ੈਕਟਲੀ ਉਹ ਮੂਮੈਂਟ ਹੀ ਇਸ ਤਰ੍ਹਾਂ ਦੀ ਸੀ ਅੱਛਾ ਸਰਬਜੀਤ ਮੈਂ ਸੁਣਿਆ ਕਿ ਤੁਸੀਂ ਲਿਖਦੇ ਵੀ ਔਰ ਮੈਂ ਚਾਹੂੰਗੀ ਕਿ ਤੁਸੀਂ ਆਪਣਾ ਲਿਖਿਆ ਕੁਛ ਨਾ ਕੁਛ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝਾ ਕਰੋ ਹਾਂਜੀ ਮੈਮ ਮੇਰੇ ਇੱਕ ਦਿਲ ਦੇ ਬਹੁਤ ਹੀ ਕਰੀਬ ਸੌਂਗ ਹੈ ਮੈਂ ਤੁਹਾਨੂੰ ਜ਼ਰੂਰ ਸੁਣਾਵਾਂਗਾ ਜੀ ਹਏ ਤੇਰੇ ਨਾ ਨਿਭਾਉਣ ਦੀ ਵੇ ਦਿਲ ਵਿੱਚ ਰੀਝ ਸੀ ਹਏ ਤੇਰੇ ਨਾ ਨਿਭਾਉਣ ਦੀ ਦਿਲ ਵਿੱਚ ਰੀਝ ਸੀ ਉਹ ਸਾਡਾ ਦਿਲ ਤੋੜਿਆ ਉਹ ਵੀ ਤਾਂ ਕੋਈ ਚੀਜ਼ ਸੀ ਸਾਡਾ ਦਿਲ ਤੋੜਿਆ
ਤਾਂ ਕੋਈ ਚੀਜ਼ ਸੀ, ਉਹ ਵੀ ਤਾਂ ਕੋਈ ਚੀਜ਼ ਸੀ, ਹਏ ਉਹ ਵੀ ਤਾਂ ਕੋਈ ਚੀਜ਼ ਸੀ, ਵੇ ਤੇਰੇ ਨਾਂ ਨਿਭਾਉਣ ਦੀ ਦਿਲ ਵਿੱਚ ਰੀਝ ਸੀ। ਹਏ ਦੱਸ ਕਾਹਤੋਂ ਸੱਜਣਾ ਸਾਨੂੰ ਵੇ ਤੁਰ ਗਏ ਰੋਲ ਕੇ, ਜੇ ਚੰਗੇ ਨਹੀਂ ਸੀ ਲੱਗਦੇ ਵੇ ਦੱਸ ਦਿੰਦਾ ਬੋਲ ਕੇ। ਹਏ ਦੱਸ ਕਾਹਨੂੰ ਸੱਜਣਾ ਵੇ ਸਾਨੂੰ ਹਏ ਤੁਰ ਗਏ ਰੋਲ ਕੇ, ਜੇ ਚੰਗੇ ਨਹੀਂ ਸੀ ਲੱਗਦੇ ਵੇ ਦੱਸ ਦਿੰਦਾ ਬੋਲ ਕੇ। ਹੋ ਤੇਰੇ ਕੋਲੋਂ ਸੱਜਣਾ ਨਹੀਂ ਇਹੋ ਜਿਹੀ ਉਮੀਦ ਸੀ, ਤੇਰੇ ਕੋਲੋਂ ਸੱਜਣਾ ਨਹੀਂ ਇਹੋ ਜਿਹੀ ਉਮੀਦ ਸੀ, ਇਹੋ ਜਿਹੀ ਉਮੀਦ ਸੀ, ਇਹੋ ਜਿਹੀ ਉਮੀਦ ਸੀ, ਵੇ ਤੇਰੇ ਨਾਂ ਨਿਭਾਉਣ ਦੀ ਦਿਲ ਵਿੱਚ ਬਾਕੀ। ਜਿਹੜੀ ਤੁਹਾਡੀ ਗਾਇਕੀ ਹੈ ਇਹ ਰੂਹ ਦੀ ਖੁਰਾਕ ਵਾਲੀ ਔਰ ਸ਼ਬਦਾਂ ਦੀ ਚੋਣ ਤੁਹਾਡੀ ਆਪਣੀਆਂ ਲਿਖਤਾਂ ਦੇ ਵਿੱਚ ਬਹੁਤ ਹੀ ਖੂਬਸੂਰਤ ਹੈ। ਕੀ ਪੜ੍ਹਦੇ ਹੋ ਤੁਸੀਂ ਖਾਸ ਤੌਰ 'ਤੇ ਜਦੋਂ ਤੁਸੀਂ ਇਸ ਤਰ੍ਹਾਂ ਦੀ ਗਾਇਕੀ ਵੱਲ ਜਾਣ ਬਾਰੇ ਸੋਚਦੇ ਹੋ ਜਾਂ ਲਿਖਣ ਬਾਰੇ ਸੋਚਦੇ ਹੋ? ਐਕਚੁਲੀ ਮੇਰੀ ਮੈਮ ਇਹ ਕਮੀ ਵੀ ਹੈਗੀ ਹੈ, ਮੈਨੂੰ ਪੜ੍ਹਨ ਦਾ ਘੱਟ ਸ਼ੌਕ ਹੈ ਬੈਠੇ, ਜੋ ਕਲਾਕਾਰ ਨੂੰ ਹੋਣਾ ਚਾਹੀਦਾ ਜੀ। ਹੁਣ ਮੇਰੇ ਆਉਣ ਵਾਲੇ ਟਾਈਮ 'ਚ ਮੈਂ ਕੁਛ ਬੁੱਕਸ ਖਰੀਦੀਆਂ ਨੇ, ਹੁਣ ਰੀਸੈਂਟਲੀ ਮੈਂ ਬਹੁਤ ਵੱਡਾ ਫੈਨ ਹਾਂ ਸੁਰਜੀਤ ਪਾਤਰ ਜੀ ਦਾ ਜੀ, ਅਤੇ ਥੋੜ੍ਹੇ ਦਿਨ ਪਹਿਲਾਂ ਦਾ ਹੀ ਇੱਕ ਹੈਗਾ ਸੀਗਾ, ਸਾਡਾ ਫੰਕਸ਼ਨ ਹੋਇਆ ਸੀ ਕਲਾ ਭਵਨ ਦੇ ਵਿੱਚ ਜੀ, ਤਾਂ ਉਸ ਟਾਈਮ ਸੁਰਜੀਤ ਪਾਤਰ ਜੀ ਸਾਡੇ ਚੀਫ ਗੈਸਟ ਸੀਗੇ ਜੀ, ਤਾਂ ਸਟੇਜ ਦੇ ਉੱਤੇ ਮੈਨੂੰ ਮੌਕਾ ਮਿਲਿਆ ਕਿ ਐਟ ਏ ਟਾਈਮ ਮੈਂ ਉਹਨਾਂ ਦਾ ਸਾਹਮਣੇ ਬੈਠਿਆਂ ਦਾ ਪੋਰਟਰੇਟ ਬਣਾਇਆ ਜੀ ਸਟੇਜ ਦੇ ਉੱਤੇ ਕੁਛ ਮਿੰਟਾਂ ਦੇ ਵਿੱਚ, ਅਤੇ ਨਾਲੇ ਨਾਲ ਉਹਨਾਂ ਦੀ ਇੱਕ ਕਵਿਤਾ ਕੁਝ ਕਿਹਾ ਤੇ ਹਨੇਰਾ ਜਰੇਗਾ, ਮੈਂ ਉਹ ਉਹਨਾਂ ਲਈ ਗਾਈ ਸੀ ਜੋ ਉਹਨਾਂ ਨੇ ਬਹੁਤ ਜ਼ਿਆਦਾ ਪਸੰਦ ਕਰੀ ਸੀ, ਸਾਰੇ ਆਡੀਅੰਸ ਨੇ ਬਹੁਤ ਪਸੰਦ ਕਰੀ ਸੀਗੀ ਜੀ, ਅਤੇ ਜੋ ਮੈਨੂੰ ਜ਼ਿਆਦਾ ਸੁਣਨ ਦਾ ਜ਼ਿਆਦਾ ਸ਼ੌਂਕ ਹੈ, ਜਿਵੇਂ ਪਹਿਲਾਂ ਚਾਹ ਚੁੱਕਿਆ ਜੀ, ਜਿਵੇਂ ਪਾਤਰ ਸਾਹਿਬ ਨੂੰ ਵੀ ਮੈਂ ਗਾਉਂਦਿਆਂ ਨੂੰ ਸੁਣਦਾ ਰਹਿੰਦਾ ਜੀ, ਜਾਂ ਵੱਡੇ ਲੋਕ ਸਾਧਕ ਸਾਹਿਬ ਹੋ ਗਏ ਨੇ, ਇਹਨਾਂ ਨੂੰ ਸੁਣਨ ਦਾ ਮੈਨੂੰ ਜ਼ਿਆਦਾ ਸ਼ੌਂਕ ਹੈਗਾ ਗਾ ਜੀ ਜੀ, ਅਤੇ ਇਹਨਾਂ ਦਾ ਜਿਹੜਾ ਮੈਂ ਗਾਇਆ ਸੀ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੂੰਗਾ। ਜ਼ਰੂਰ ਜ਼ਰੂਰ ਜ਼ਰੂਰ। ਇਹ ਮੇਰੇ ਬਹੁਤ ਦਿਲ ਦੇ ਕਰੀਬ ਹੈ। ਕਿੰਨਾ ਕੁ ਕਰਦੇ ਹੋ ਜਿਵੇਂ ਹੁਣ ਤਾਂ ਤੁਸੀਂ ਡਿਸਾਈਡ ਕਰ ਲਿਆ ਕਿ ਹਾਂ ਤੁਹਾਡੀ ਸਿੰਗਿੰਗ ਜਿਹੜੀ ਪੇਂਟਿੰਗ ਦੇ ਨਾਲ ਨਾਲ ਚੱਲੇਗੀ? ਦੇਖੋ ਮੈਮ ਮੈਂ ਸਰਦੂਲ, ਥੋੜਾ ਮੁਸ਼ਕਿਲ ਸਵਾਲ ਹੈ, ਹਾਂ ਸਰਦੂਲ ਸਾਹਿਬ ਨੂੰ ਸੁਣਦਾ ਹੁੰਦਾ ਸੀ ਮੈਂ ਜੀ, ਹੁਣ ਉਹ ਸਟੇਜ ਦੇ ਉੱਤੇ ਕਹਿੰਦੇ ਨੇ ਕਿ ਜੋ ਬੰਦਾ ਰਿਆਜ਼ ਕਰਦਾ ਨਾ ਉਹ ਫਿਰ ਰਾਜ ਕਰਦਾ ਜੀ, ਬਿਲਕੁਲ ਹੈ ਨਾ,
ਤਾਂ ਰਿਆਜ਼ ਤਾਂ ਮਤਲਬ ਬਹੁਤ ਵੱਡੀ ਇਹਦੀ ਚੀਜ਼ ਹੈ ਜਿਹੜੀ ਜਿਸ ਤੋਂ ਬਿਨਾਂ ਤੁਸੀਂ ਕੁਛ ਕਰ ਨਹੀਂ ਸਕਦੇ। ਸਵੇਰੇ ਉੱਠ ਕੇ ਰਿਆਜ਼ ਕਰਨਾ ਬਹੁਤ ਜ਼ਰੂਰੀ ਹੈ ਅਤੇ ਮੈਨੂੰ ਜ਼ਿਆਦਾ ਤਾਂ ਨਹੀਂ ਪਰ ਮੈਂ ਕੋਸ਼ਿਸ਼ ਕਰਦਾ ਹੁਣ ਕਿ ਜਦੋਂ ਵੀ ਮੈਨੂੰ ਟਾਈਮ ਮਿਲਦਾ ਤੇ ਉਹਦੀ ਮੈਂ ਰਿਆਜ਼ ਜ਼ਰੂਰ ਕਰਦਾ ਜੀ। ਰਿਆਜ਼ ਦਾ ਇਦਾਂ ਕਿ ਕੋਈ ਟਾਈਮ ਨਹੀਂ ਹੁੰਦਾ, ਬਿਲਕੁਲ ਬਿਲਕੁਲ ਬੰਨ ਕੇ ਕੋਈ ਰਿਆਜ਼, ਪਰ ਇਹ ਵੀ ਇੱਕ ਮੰਨਿਆ ਜਾਂਦਾ ਨਾ ਕਿ ਜਿਹੜਾ ਸਵੇਰ ਦਾ ਰਿਆਜ਼ ਹੁੰਦਾ ਉਹ ਪੱਕਾ ਹੁੰਦਾ ਆ। ਐਕਚੁਅਲੀ ਮੈਮ ਸਾਡਾ ਮੇਰਾ ਕੁਛ ਨਾ ਇਹਨੂੰ ਐਕਸਕਿਊਜ਼ ਕਹਿ ਲਓ ਕਿ ਮੇਰਾ ਕੁਛ ਕੰਮ ਇਦਾਂ ਦਾ ਜੀ, ਅਸੀਂ ਚਿੱਤਰਕਾਰੀ ਕਰਦੇ ਹਾਂ ਇਹ ਅਸਲ 'ਚ ਰਾਤ ਨੂੰ ਜ਼ਿਆਦਾ ਹੁੰਦੀ ਹੈ ਜੀ ਜੀ, 2-3 ਵਜੇ ਤੱਕ ਵੱਜ ਜਾਂਦੀ ਹੈ ਤਾਂ ਫਿਰ ਜਿਹੜਾ ਸਾਡਾ ਮਾਰਨਿੰਗ ਟਾਈਮ ਹੁੰਦਾ ਉਹ ਸੁੱਤੇ ਲੱਗ ਜਾਂਦਾ, ਪਰ ਜਦੋਂ ਵੀ ਪਰ ਮੈਂ ਉੱਠਦਾ ਮੇਰਾ ਪਹਿਲਾ ਕੰਮ ਰਿਆਜ਼ ਹੁੰਦਾ। ਓਕੇ, ਤੇ ਹੁਣ ਜਦੋਂ ਤੁਸੀਂ ਸਿੰਗਿੰਗ ਦੇ ਵਿੱਚ ਵੀ ਬਹੁਤ ਅੱਛਾ ਕਰ ਰਹੇ ਹੋ, ਪਰਫਾਰਮ ਕਰ ਰਹੇ ਹੋ, ਇੰਡਸਟਰੀ ਦੇ ਵਿੱਚ ਅਸੀਂ ਤੁਹਾਨੂੰ ਕਦੋਂ ਤੱਕ ਦੇਖਾਂਗੇ? ਇਹ ਤਾਂ ਮੈਮ ਕਹਿਣਾ ਮੁਸ਼ਕਿਲ ਹੈ, ਪਤਾ ਨਹੀਂ ਜਦੋਂ ਪਰਮਾਤਮਾ ਨੇ ਚਾਹਿਆ, ਪਰ ਆਪਣੀ ਇੱਕ ਤਿਆਰੀ ਹੁੰਦੀ ਹੈ ਬੰਦੇ ਦੀ ਤੇ ਉਹਦੇ ਤੋਂ ਲੱਗਦਾ ਕਿ ਹਾਂ ਵੀ ਤੁਸੀਂ ਮੇਰਾ ਜਲਦੀ ਕੋਈ ਟਰੈਕ ਜਿਹੜਾ ਆ, ਜਿਵੇਂ ਤੁਸੀਂ ਬਹੁਤ ਅੱਛਾ ਆਪਣਾ ਲਿਖਿਆ ਵੀ ਗਾਇਆ, ਖਾਸ ਤੌਰ ਤੇ ਜਦੋਂ ਤੁਸੀਂ ਗਾਉਣ ਲਈ ਚੂਜ਼ ਕਰਦੇ ਹੋ ਤੇ ਕਿਸ ਤਰ੍ਹਾਂ ਦਾ ਗੀਤ ਜਿਹੜਾ ਤੁਹਾਨੂੰ ਲੱਗਦਾ ਕਿ ਇਹ ਮੇਰੇ ਲਈ ਬਣਿਆ? ਮੈਮ ਮੈਨੂੰ, ਮੈਂ ਪਹਿਲਾਂ ਦੱਸਿਆ ਕਿ ਸਕੂਨ ਦੇਣ ਵਾਲੇ ਗਾਣੇ ਜ਼ਿਆਦਾ ਅੱਛੇ ਲੱਗਦੇ, ਸੂਫੀ ਟੱਚ। ਹਾਂ ਮੈਨੂੰ ਜ਼ਿਆਦਾ, ਹਾਂ ਸੂਫੀ ਟੱਚ ਮੈਨੂੰ ਬਹੁਤ ਪਸੰਦ ਹੈ ਜੀ। ਮੈਨੂੰ ਬਹੁਤ ਜ਼ਿਆਦਾ ਸ਼ੋਰ ਸ਼ਰਾਬਾ ਨਹੀਂ ਪਸੰਦ ਹੈਗਾ ਜੀ, ਥੋੜ੍ਹਾ ਸਕੂਨ ਦੇਣ ਵਾਲੇ ਗਾਣੇ ਮੈਨੂੰ ਜ਼ਿਆਦਾ ਪਸੰਦ ਹੈ। ਤੁਹਾਡੀ ਇੱਕ ਮੈਂ ਪੇਂਟਿੰਗ ਦੇਖੀ ਸੀ ਜਿਹੜੀ ਖੇਤਾਂ ਦੇ ਵਿੱਚ ਤੁਸੀਂ ਬਣਾਈ ਹੈ, ਐਂਡ ਉਸ ਤੋਂ ਪਹਿਲਾਂ ਇੱਕ ਜਿਹੜੀ ਤੁਹਾਡੀ ਸੀ ਨਸ਼ਿਆਂ ਦੇ ਖਿਲਾਫ, ਬਿਕੋਜ਼ ਪੰਜਾਬ ਦੇ ਵਿੱਚ ਇਸ ਵਕਤ ਜਿਹੜੀ ਕੁਰੀਤੀ ਗਿਣੀ ਜਾ ਰਹੀ ਹੈ ਸਭ ਤੋਂ ਵੱਡੀ ਉਹੀ ਹੈ, ਔਰ ਮੈਂ ਚਾਹੂੰਗੀ ਕਿ ਉਹ ਪੇਂਟਿੰਗ ਜਿਹੜੀ ਹੈ ਉਹ ਅਸੀਂ ਜ਼ਰੂਰ ਸਾਡੇ ਦਰਸ਼ਕਾਂ ਦੇ ਨਾਲ ਸ਼ੇਅਰ ਕਰਾਂਗੇ, ਪਰ ਉਹ ਗੀਤ ਜਿਹੜਾ ਅਸੀਂ ਤੁਹਾਡੇ ਤੋਂ ਲਾਈਵ ਹੀ ਸੁਣੀਏ ਜੀ। ਮੈਂ ਨਸ਼ਿਆਂ ਵਾਲਾ ਜੀ, ਇਹ ਗਾਣੇ ਨੇ ਮੈਮ ਐਕਚੁਅਲ 'ਚ ਮੈਂ ਥੋੜ੍ਹੀ ਜਿਹੀ ਸਟੋਰੀ ਦੱਸਣੀ ਚਾਹੂੰਗਾ ਇਸ ਗਾਣੇ ਤੋਂ ਪਹਿਲਾਂ ਜੀ। ਇਸ 'ਚ ਇੱਕ ਨਾ ਵੀਡੀਓ ਵਾਇਰਲ ਹੋਈ ਸੀ ਕਿ ਇੱਕ ਮਾਂ ਇੱਕ ਕੂੜੇ ਦੇ ਢੇਰ 'ਚ ਬੈਠੇ ਨੇ ਜੀ, ਤਾਂ ਉਸਦਾ ਜਿਹੜਾ ਪੁੱਤਰ ਆ ਉਸਦੀ ਲਾਸ਼ ਉਸਦੀ ਝੋਲੀ ਦੇ ਵਿੱਚ ਪਈ ਹੈ ਜੀ, ਅਤੇ ਉਹ ਬਹੁਤ ਬੁਰੀ ਤਰੀਕੇ ਨਾਲ ਉਹ ਮਾਂ ਦਾ ਜਿਹੜਾ ਰੋਣਾ ਸੀ ਨਾ ਉਸਨੇ ਫਿਰ ਮੈਨੂੰ ਸਟ੍ਰਾਈਕ ਕੀਤਾ ਦਿਲ ਨੂੰ ਜੀ, ਅਤੇ ਫਿਰ ਮੈਂ ਪਹਿਲਾਂ ਵੀ ਆਪਣਾ ਇੱਕ ਇਹ ਨਾ ਫਰਜ਼ ਜਿਹਾ ਸਮਝਦਾ ਹੁੰਦਾ ਸੀ ਮੈਮ ਕਿ ਕਲਾਕਾਰ ਦਾ ਨਾ ਫਰਜ਼ ਹੁੰਦਾ, ਕਲਾ ਅਸੀਂ ਪੜ੍ਹਦੇ ਹੁੰਦੇ ਸੀ, ਸਾਨੂੰ ਕਾਲਜ 'ਚ ਪੜ੍ਹਾਇਆ ਜਾਂਦਾ ਸੀ, ਕਲਾਕਾਰ ਸਮਾਜ ਦਾ ਦਰਪਣ ਹੁੰਦਾ ਜੋ ਤਸਵੀਰ ਸੱਚ ਦਿਖਾਵੇ, ਉਵੇਂ ਮੈਂ ਝੂਠੇ ਮੂਠੇ ਗੀਤ ਗਾਏ ਜਾਵਾਂ ਹੈ ਨਾ, ਤਾਂ ਉਸ ਨਾਲੋਂ ਫਿਰ ਮੈਨੂੰ ਚੰਗਾ ਸੀ ਕਿ ਮੈਂ ਇਸ ਤਸਵੀਰ ਨੂੰ ਜਾਂ ਇਸ ਦਾ ਜੋ ਦਰਦ ਹੈ ਉਹ ਮੈਂ ਲੋਕਾਂ ਸਾਹਮਣੇ ਲੈ ਕੇ ਆਵਾਂ, ਤਾਂ ਫਿਰ ਉਸ ਦਰਦ ਨੂੰ ਜੋ ਮੈਂ ਉਸੀ ਤਸਵੀਰ ਸੀ ਉਹ ਤਸਵੀਰ ਬਣਾਈ ਸੀ ਮੈਂ, ਜਿਹਦੇ ਵਿੱਚ ਮੈਂ ਪੰਜਾਬ ਦਾ ਨਕਸ਼ਾ ਬਣਾ ਕੇ ਉਹਦੇ ਵਿੱਚ ਨਾ ਮੈਂ ਸਕਲਸ ਬਣਾਈਆਂ ਸੀਗੀਆਂ ਕਿ ਪਤਾ ਨਹੀਂ ਕਿੰਨਾ ਨੌਜਵਾਨ ਸਾਡਾ ਖਤਮ ਹੋ ਚੁੱਕਿਆ, ਤੇ ਉਸ ਮਾਂ ਨੂੰ ਔਰ ਉਸਦੇ ਜੋ ਉਸਦਾ ਪੁੱਤਰ ਸੀ ਉਸਦੀ ਝੋਲੀ ਦੇ ਵਿੱਚ ਬਣਾਇਆ ਸੀ, ਤਾਂ ਉਹਨਾਂ ਦੇ ਦਰਦ ਨੂੰ ਬਿਆਨ ਕਰਦਾ ਹੋਇਆ ਪੰਜਾਬ ਦੀਆਂ ਉਹ ਸਾਰੀਆਂ ਮਾਵਾਂ ਦਾ ਦਰਦ ਬਿਆਨ ਕਰਦੇ ਹੋਏ ਮੈਂ ਇਹ ਗਾਣਾ ਲਿਖਿਆ ਸੀ ਜੀ। ਹੋ ਚੱਲ ਪਈਆਂ ਸਿਵਿਆਂ ਨੂੰ ਹੋ ਰਾਹਾਂ ਦਰਸਾਉਂਦੀਆਂ ਨੇ, ਹੋ ਚੱਲ ਪਈਆਂ ਸਿਵਿਆਂ ਨੂੰ ਰਾਹ ਦਰਸਾਉਂਦੀਆਂ ਨੇ, ਹੋ ਅੱਜ ਕੀਰਨੇ ਪਾਉਂਦੀਆਂ ਨੇ ਹੋ ਮਾਵਾਂ ਪੁਰ ਲਾਉਂਦੀਆਂ ਨੇ ਮੇਰੇ ਪੰਜਾਬ ਦੀਆਂ, ਮੇਰੇ ਪੰਜਾਬ ਦੀਆਂ। ਹੋ ਕਿਰਸਾਨ ਮੇਰੇ ਨੂੰ ਖਾ ਲਿਆ ਏ ਸਪਰੇ ਹਾਂ ਤੇ ਰੱਸਿਆਂ ਨੇ, ਹੋ ਜਵਾਨ ਮੇਰੇ ਨੂੰ ਖਾ ਲਿਆ ਏ ਚਿੱਟੇ ਵਰਗੇ ਨਸ਼ਿਆਂ ਨੇ, ਹੋ ਜਵਾਨ ਮੇਰੇ ਨੂੰ ਖਾ ਲਿਆ ਏ ਹੋ ਚਿੱਟੇ ਵਰਗੇ ਨਸ਼ਿਆਂ ਨੇ, ਹੋ ਅੱਜ ਕੀਰਨੇ ਪਾਉਂਦੀਆਂ ਨੇ ਹੋ ਮਾਵਾਂ ਕੁਰ ਲਾਉਂਦੀਆਂ ਨੇ ਮੇਰੇ ਪੰਜਾਬ ਦੀਆਂ, ਮੇਰੇ ਪੰਜਾਬ ਦੀਆਂ, ਮੇਰੇ ਪੰਜਾਬ ਦੀਆਂ। ਕਿਆ ਬਾਤ ਹੈ, ਤੁਹਾਡੀ ਗਾਇਕੀ ਨੂੰ ਸੁਣ ਕੇ ਤਾਂ ਇਸ ਤਰ੍ਹਾਂ ਲੱਗਦਾ ਸਰਬਜੀਤ ਕਿ ਸੁਣਦੇ ਜਾਈਏ ਔਰ ਇਹ ਟਾਈਮ ਜਿਹੜਾ ਹੈ ਉਹ ਬਿਲਕੁਲ ਵੀ ਖਤਮ ਨਾ ਹੋਵੇ, ਪਰ ਵਕਤ ਜਿਹੜਾ ਹੋ ਚੁੱਕਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਬਟ ਉਸ ਤੋਂ ਪਹਿਲਾਂ ਇਹ ਜ਼ਰੂਰ ਕਹੂੰਗੀ ਕਿ ਦੋ ਸ਼ਬਦ ਤੁਸੀਂ ਸਾਡੇ ਵਿਊਅਰਸ ਦੇ ਨਾਲ, ਨੌਜਵਾਨ ਪੀੜ੍ਹੀ ਨਾਲ ਕਹਿ ਲਓ, ਆਪਣੀ ਜਿਹੜੇ ਕਲਾਕਾਰਾਂ ਦੀ ਦੁਨੀਆ ਉਹਦੇ ਬਾਰੇ ਕਹਿ ਲਓ, ਇਹ ਜ਼ਰੂਰ ਸਾਡੇ ਨਾਲ ਸਾਂਝੇ ਕਰੋ ਜੀ। ਮੈਂ ਪਹਿਲੀ ਗੱਲ ਤਾਂ ਇਸ ਕਾਬਲ ਹੈ ਨਹੀਂ ਗਾ ਕਿ
ਕਿ ਮੈਂ ਕਿਸੇ ਨਾਲ ਇਹ ਚੀਜ਼ ਸਾਂਝੀ ਕਰ ਸਕਾਂ, ਕਿਉਂਕਿ ਮੈਂ ਹਲੇ ਮੈਨੂੰ ਖੁਦ ਨੂੰ ਬਹੁਤ ਸਿੱਖਣ ਦੀ ਲੋੜ ਹੈ। ਅਤੇ ਮੈਂ ਬਸ ਇਹੀ ਉਮੀਦ ਵੀ ਕਰਾਂਗਾ ਅਤੇ ਸਾਰੇ ਲੋਕਾਂ ਨੂੰ ਜਾਂ ਜਿਹੜੇ ਦੇਖਣ ਵਾਲੇ ਨੇ ਜੀ ਇਹੀ ਚੀਜ਼ ਕਹਾਂਗਾ ਕਿ ਚੰਗਾ ਸੁਣੋ ਜੀ ਅਤੇ ਚੰਗਾ ਦੇਖੋ ਜੀ। ਇਹੀ ਸਾਡੇ ਕਿਉਂਕਿ ਪੰਜਾਬ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਹੈ, ਤੁਹਾਨੂੰ ਪਤਾ ਹੈ, ਅਤੇ ਹੁਣ ਲੋੜ ਹੈ ਜਿਹੜੇ ਪੜ੍ਹੇ ਲਿਖੇ ਨੇ, ਹੁਣ ਆਉਣ ਜਿਹੜੀ ਆਉਣ ਵਾਲੀ ਜਾਂ ਆ ਰਹੀ ਹੈ ਜਿਹੜੀ ਨੌਜਵਾਨ ਪੀੜ੍ਹੀ ਹੈ ਪੜ੍ਹੀ ਲਿਖੀ ਹੈ ਜੀ, ਤਾਂ ਸਾਨੂੰ ਉਸ ਚੀਜ਼ ਤੋਂ ਉਸ ਅਕਲ ਤੋਂ ਕੰਮ ਲੈਣਾ ਚਾਹੀਦਾ ਸਾਰਿਆਂ ਨੂੰ ਕਿ ਚੰਗਾ ਸੁਣੀਏ ਅਤੇ ਚੰਗਾ ਹੀ ਗਾਈਏ ਚੰਗਾ ਲਿਖੀਏ ਜੀ, ਜਿਸ ਨਾਲ ਪੰਜਾਬ ਨੂੰ ਸੇਧ ਮਿਲੇ। ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਰਬਜੀਤ ਪ੍ਰੋਗਰਾਮ ਇੱਕ ਮੁਲਾਕਾਤ ਦਾ ਹਿੱਸਾ ਬਣਨ ਲਈ, ਔਰ ਉਮੀਦ ਕਰਦੇ ਹਾਂ ਕਿ ਜਿਹੜਾ ਤੁਹਾਡਾ ਆਪਣਾ ਭਵਿੱਖ ਹੈ ਤੁਸੀਂ ਬਹੁਤ ਖੂਬਸੂਰਤ ਤਰੀਕੇ ਨਾਲ ਇਹਨੂੰ ਉਲੀਕਿਆ, ਔਰ ਤੁਸੀਂ ਆਪਣੀ ਮੰਜ਼ਿਲ 'ਤੇ ਜ਼ਰੂਰ ਜਲਦੀ ਪਹੁੰਚੋ, ਇਹ ਸਾਡੀਆਂ ਦੁਆਵਾਂ ਨੇ। ਬਹੁਤ ਬਹੁਤ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮਚ ਮੈਮ।